ਦੱਸੋ ਦੁਬਈ ਜਾ ਕੇ ਕਿਵੇਂ ਲੱਗਿਆ? 10 ਰੁਪਏ ਆਫ ਆ, ਮੈਂ ਉਹ ਵੀ ਮੈਂ ਦੇਖੇ 10 ਰੁਪਏ ਦੀ। ਕੀ ਖਾਣਾ ਦੱਸੋ? ਟੋਕਰੀ ਭਰ ਲਓ ਸਾਰੀ, ਜਿੰਨੀ ਭਰੀ ਜਾਂਦੀ ਹੈ ਚੱਕ ਲਓ, ਸਾਰਾ ਸਿੱਟ ਲਓ, ਬਸ ਉੱਥੇ ਕਢਾ ਦਾਂਗੇ। ਤਾਜ਼ਾ ਹੋਲੇ, ਨੈਸਕਾਫੇ ਕੌਫੀ 10 ਰੁਪਏ, 10 ਰੁਪਏ ਆਫ ਆ, ਮੈਂ ਉਹ ਵੀ ਮੈਂ ਦੇਖੇ 10 ਰੁਪਏ ਦੀ। ਤਾਂ ਮੈਂ ਕਿਹਾ 10 ਰੁਪਏ ਦੀ ਤਾਂ ਨਿੱਕੀ ਜਾਂਦੀ ਹੁੰਦੀ ਹੈ। ਹਾਂ, ਦਿਸ ਇਜ਼ ਮਾਈ ਫੇਵਰੇਟ। ਰੈੱਡ ਲੈਣਾ ਫਿਰ ਚੱਕ ਲਾ, ਰੈੱਡ ਲੈ ਲਓ, ਲੈਟਸ ਗੋ। ਆਪਣਾ ਸੂਈ ਧਾਗਾ ਫੈਵੀਕੋਲ, ਉਹ ਪਈ ਕੀ ਲੈਣੀ ਆ? ਮੈਂ ਫਿਲਹਾਲ ਤਾਂ ਕੁਛ ਬਰਨੈਲ, ਓ ਮਾਈ ਗੋਡ, ਬਾਏ ਵਨ ਗੈਟ ਵਨ। ਆਰਟ ਮਟੀਰੀਅਲ ਸ਼ਰਟ ਨਹੀਂ ਪਸੰਦ ਆ ਰਹੀ ਹੈ। ਸ਼ੂਜ਼, ਆਈ ਵਾਂਟ ਓਨਲੀ ਵਾਈਟ ਸ਼ੂਜ਼। ਵਾਈਟ ਸ਼ੂਜ਼ ਹੈਗੇ ਕੋਈ? ਸ਼ੂਜ਼, ਲੈਟਸ ਗੋ। Coke, we need a coke, we need a coke, where is a coke? There it is, Pepsi. Let's go, mil gaya. ਸ਼ੋਪਿੰਗ ਪੂਰੀ ਹੋ ਚੁੱਕੀ ਹੈ, ਹੁਣ ਆਪਾਂ ਸਮਾਨ ਗੱਡੀ 'ਚ ਪਾਵਾਂਗੇ ਆਪਣੇ 'ਚ। ਸਟੋਰੀ ਪਾਉਣੀ ਨਹੀਂ ਛੱਡਣੀ। ਉਹ ਲੈਟ ਗਈ, ਲੈਟ ਗਈ, ਬਣਾਇਆ ਆ ਹੈਗੇ ਨੇ ਆਪਣੇ ਦੁਬਈ ਵਾਲੀ ਵੀਰ ਜੀ। ਦੱਸੋ ਤੁਹਾਨੂੰ ਦੁਬਈ ਜਾ ਕੇ ਕਿਵੇਂ ਲੱਗਿਆ? ਦੁਬਈ ਵਧੀਆ ਸੀ। ਕੀ ਦੇਖਿਆ ਫਿਰ ਉੱਥੇ? ਮਿਊਜ਼ੀਅਮ ਆਫ ਫਿਊਚਰ ਦੇਖਿਆ, ਪੈਲਸ ਸਫਾਰੀ ਕੀਤੀ। ਅੱਛਾ, ਉਸ ਤੋਂ ਬਾਅਦ ਗੋਲਡਨ ਗੇਟ, ਉਹ ਵੀ ਬਹੁਤ ਵਧੀਆ। ਅੱਛਾ, ਲਾਈਫ ਸਟਾਈਲ ਵਧੀਆ ਉੱਥੋਂ ਦਾ, ਸਾਰਾ ਕੁਛ ਬੈਸਟ ਹੈ। ਮੈਂ ਚਾਹੁੰਦਾ ਵੀ ਜਿਹਨੂੰ ਵੀ ਮੌਕਾ ਮਿਲੇ ਜ਼ਰੂਰ ਘੁੰਮ ਕੇ ਆਓ, ਦੇਖ ਕੇ ਆਓ, ਬਹੁਤ ਵਧੀਆ ਟੂਰ ਰਿਹਾ। 7 ਡੇਅ ਦਾ ਟੂਰ ਸੀ ਸਾਡਾ, ਅਤੇ ਬਸ ਇੰਨੀ ਕੁ ਵੀ ਉੱਥੇ ਸਾਨੂੰ ਪੰਜਾਬੀ ਬਹੁਤ ਘੱਟ ਮਿਲੇ। ਹਾਂ, ਅਤੇ ਉੱਥੇ ਰਸ਼ੀਅਨਸ, ਅਫਗਾਨਿਸਤਾਨੀ, ਪਾਕਿਸਤਾਨੀ ਆਪਣੇ ਵੀਰ ਭਾਈ ਬਹੁਤ ਜ਼ਿਆਦਾ ਨੇ। ਠੀਕ ਹੈ, ਠੀਕ ਹੈ, ਜ਼ਰੂਰ ਜਾਵਾਂਗੇ ਆਪਾਂ। ਹੁਣ ਵੱਜ ਰਹੇ ਆ ਰਾਤ ਦੇ 10, ਅਤੇ ਆਪਾਂ ਜਾ ਰਹੇ ਰਾਤ 10 ਵਜੇ ਦੁਕਾਨ ਨੂੰ, ਬਿਕੋਜ਼ ਆਪਾਂ ਇਹ ਸ਼ਹਿਰ 'ਚ, ਠੀਕ ਹੈ, ਕੋਈ ਸ਼ਹਿਰ ਦੇਖੋ, ਸਾਰਾ ਸ਼ਹਿਰ ਜਾਗ ਰਿਹਾ ਹੈਗਾ, ਅਤੇ ਮੈਂ ਲੈਣ ਕੀ ਜਾ ਰਿਹਾ ਉਹ ਮੈਨੂੰ ਵੀ ਨਹੀਂ ਪਤਾ, ਕਿਉਂਕਿ ਘਰੋਂ ਤਾਂ ਮੈਂ ਮਤਲਬ ਪੁੱਛਿਆ ਸੀ, ਇੱਥੇ ਆ ਕੇ ਮੈਂ ਭੁੱਲ ਗਿਆ, ਸ਼ਾਇਦ ਕੋਈ ਨਾ ਉੱਥੇ ਆ ਕੇ ਯਾਦ ਆ ਜੂਗਾ। ਤੁਸੀਂ ਕਮੈਂਟ ਕਰਿਓ ਥੱਲੇ, ਠੀਕ ਹੈ, ਜਿਹੜਾ ਵੀ ਐਂ ਕਰਦਾ ਵੀ ਜਿਹੜਾ ਭੁੱਲ ਜਾਂਦਾ ਦੁਕਾਨ 'ਤੇ ਜਾਣ ਤੋਂ ਪਹਿਲਾਂ, ਤਾਂ ਪਲੀਜ਼ ਕਮੈਂਟ ਕਰੋ, ਮੈਂ ਦੁਕਾਨ 'ਤੇ ਜਾਂਦਾ, ਫਿਰ ਤੁਹਾਨੂੰ ਬਾਅਦ 'ਚ ਮਿਲ।
ਹੈ ਗਾਈਸ, ਤੁਹਾਨੂੰ ਦੱਸਾਂ ਤਾਂ ਭੁੱਲ ਹੀ ਗਿਆ ਸੀ ਮੈਂ ਆਇਆ ਹੋਇਆ ਬਰਨਾਲੇ ਸਿਟੀ, ਹੈ ਨਾ, ਬਰਨਾਲਾ ਸਿਟੀ ਆਇਆ ਹੋਇਆ ਹੈਗਾ। ਅਤੇ ਹੁਣ ਫਿਲਹਾਲ ਮੈਂ ਹੈਗਾ ਬਰਨਾਲੇ ਸਿਟੀ 'ਚ ਇੰਸਟੀਟਿਊਟ 'ਤੇ, ਜੋ ਕਿ ਆਪਣੇ ਦਵਾਈ ਵਾਲੇ ਵੀਰ ਜੀ ਦੇ ਇੰਸਟੀਟਿਊਟ ਆ, ਹੈ ਨਾ, ਜਿਹੜਾ ਤੁਹਾਨੂੰ ਮੈਂ ਉਹਨਾਂ ਨੂੰ ਮਿਲਾਇਆ ਸੀਗਾ। ਆ ਤੁਸੀਂ ਦੇਖੀ ਆਪਾਂ ਰੋਡ 'ਤੇ ਖੜ੍ਹੇ ਹੈਗੇ। ਇਹ ਰੋਡ ਦੀ ਜਿਹੜੀ ਲੋਕੇਸ਼ਨ ਆ ਤੁਹਾਨੂੰ ਮੈਂ ਦੱਸ ਦੂੰਗਾ, ਹੈ ਨਾ। ਪੈਂਟਰੀ ਇੰਸਟੀਟਿਊਟ ਜਿਹੜਾ ਹੈਗਾ ਇੱਥੋਂ ਸਟਾਰਟ ਹੁੰਦਾ ਗਾ, ਠੀਕ ਹੈ। ਵੱਡਾ ਸਾਰਾ ਹੋਰਡਿੰਗ ਲੱਗਿਆ ਹੋਇਆ ਗਾ ਉੱਤੇ, ਠੀਕ ਹੈ। ਹੁਣ ਆਪਾਂ ਇੱਥੋਂ ਜਾਵਾਂਗੇ ਅੰਦਰ, ਤਾਂ ਅੰਦਰ ਚੱਲਦੇ ਹਾਂ। ਆਪਣੇ ਇੰਸਟੀਟਿਊਟ ਦਾ ਪਹਿਲਾ ਦਰਵਾਜ਼ਾ ਹੈ, ਬੈਠੇ ਹੋਏ ਆ, ਕੰਮ ਕਰੀ ਜਾਂਦੇ ਆ। ਹੈਲੋ ਹੈਲੋ ਕੰਮ ਆ ਵੀਰ ਜੀ, ਆਪਣਾ ਆਫਿਸ ਦੇਖੋ। ਇੱਥੇ ਬੈਠਣ ਦੀ ਥਾਂ ਹੈਗੀ ਆ, ਕੈਮਰਾ ਚੱਲ ਰਿਹਾ। ਇੱਥੇ ਆਪਾਂ ਬੈਠੇ ਜਾ ਰਹੇ ਇੱਦੂ ਵੀ ਉੱਤੇ, ਹੈ ਨਾ, ਇੱਦੂ ਵੀ ਉੱਤੇ ਜਾਵਾਂਗੇ ਉੱਥੇ, ਠੀਕ ਹੈ। ਇੱਥੋਂ ਕਾਫੀ ਸਿਟੀ ਨੀਰੀ ਹੈ, ਤੁਸੀਂ ਦੇਖ ਸਕਦੇ। ਇੰਸਟੀਟਿਊਟ ਜੋ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ, ਹੈ ਨਾ। ਅਤੇ ਇੱਥੇ ਆਪਣੇ ਵੀਰ ਜੀ ਕੰਮ ਕਰਦੇ ਆ। ਅਤੇ ਹੁਣ ਆਪਾਂ ਆ ਗਏ ਅਪ ਸਟੇਅਰ, ਬਿਲਕੁਲ ਟੋਪ 'ਤੇ। ਅਤੇ ਮੇਰੇ ਫੋਨ ਦੀ ਬੈਂਟਰੀ ਸਿਰਫ 10% ਰਹਿ ਚੁੱਕੀ ਹੈ, ਜੋ ਕਿ ਕਦੇ ਵੀ ਡਰੇਨ ਹੋ ਸਕਦੀ ਹੈ। ਐਂਡ ਮਾਈ ਫੋਨ ਨੂੰ, ਓ ਮਾਈ ਗੋਡ। ਹੁਣ ਆਪਾਂ ਘਰ ਚੱਲਦੇ ਹਾਂ, ਠੀਕ ਹੈ, ਘਰ ਜਾ ਕੇ ਫੋਨ ਚਾਰਜ ਲਵਾਂਗੇ ਐਂਡ ਦੇਖਦੇ ਹਾਂ ਉਹ ਤੋਂ ਬਾਅਦ ਕੀ ਕਰਦੇ ਹਾਂ। ਚਲੋ ਚੱਲੀਏ। ਟਾਈਮ ਲਾਈਵ ਦੇਖਿਆ, ਹੈ ਨਾ, ਕਿੱਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੇਖਿਓ, ਦੱਸਿਓ। ਅਤੇ ਆਹ ਦੇਖੋ ਕਿੱਡਾ ਸੋਹਣਾ ਮੌਸਮ ਹੋਇਆ ਪਿਆ ਪੂਰਾ, ਮਤਲਬ ਰਾਤ ਹੋਈ ਪਈ ਹੈ ਤਾਂ ਕੈਮਰੇ 'ਚ ਥੋੜ੍ਹਾ ਜਿਹਾ ਮਤਲਬ ਵਾਈਟ ਦਿਖਾ ਰਿਹਾ ਹੈਗਾ ਮੇਰਾ ਫੋਨ, ਅਤੇ ਉਹ ਚੰਦ ਉੱਪਰ, ਚੰਦ ਨੂੰ ਆਪਾਂ ਐਕਸਪੋਜ਼ਰ ਘੱਟ ਕਰਕੇ ਦੇਖੇਂਗੇ। ਮੌਸਮ ਹੋਇਆ ਪਿਆ ਗਾ, ਅਤੇ ਹੁਣ ਮੈਂ ਫਿਲਹਾਲ ਜਾਣਾ ਥੱਲੇ, ਆਪਾਂ ਚੱਲਦੇ ਨੀਚੇ। ਚਲੋ ਚੱਲੀਏ।